ਗੁਰਦਾਸਪੁਰ ਦੇ ਕੇਂਦਰੀ ਜੇਲ੍ਹ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਕੈਦੀਆਂ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ। ਜਾਣਕਾਰੀ ਅਨੁਸਾਰ ਗੋਪੀ ਗੋਲੀ ਗੈਂਗ ਦੇ ਮੈਂਬਰਾਂ ਨੇ ਚਮਚ ਦੇ ਬਲੇਡ ਬਣਾ ਕੇ ਦੂਜੇ ਗਰੁੱਪ ਦੇ ਮੈਂਬਰਾਂ ਤੇ ਹਮਲਾ ਕਰ ਦਿੱਤਾ। ਹਮਲੇ 'ਚ ਦੋ ਕੈਦੀ ਜ਼ਖਮੀ ਹੋ ਗਏ ਅਤੇ ਦੋਨੋਂ ਜ਼ਖਮੀ ਕੈਦੀ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਹਸਪਤਾਲ ਵਿੱਚ ਇਲਾਜ ਕਰਵਾਉਣ ਪਹੁੰਚੇ ਕੈਦੀਆਂ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਪੀ ਗੋਲੀ ਗੈਂਗ ਦੇ ਮੈਂਬਰਾਂ ਨੇ ਉਹਨਾਂ ਉੱਪਰ ਹਮਲਾ ਕੀਤਾ ਹੈ ਅਤੇ ਉਹਨਾਂ ਨੇ ਹਮਲਾ ਕਰਨ ਦਾ ਪਹਿਲਾਂ ਹੀ ਪਲਾਨ ਕੀਤਾ ਹੋਇਆ ਸੀ। ਰੋਟੀ ਖਾਂਦੇ ਪਏ ਉਹਨਾਂ ਅੱਡੇ ਤੋਂ ਵਾਰ ਕਰਦੇ ਆ, ਪਹਿਲਾਂ ਰੰਜਸ ਬਾਈ ਚੱਲਣ ਡੀ ਥੋੜ੍ਹੀ ਬਹੁਤੀ, ਉਹ ਮੁੰਡੇ ਨਾਲ ਚੱਲਣ ਡੀ ਪਹਿਲਾਂ ਤੋਂ ਥੋੜ੍ਹੀ ਬਹੁਤੀ, ਉਹ ਹੈਗੇ ਦੂਜੀ ਪਾਰਟੀ ਦੇ ਬੰਦੇ ਜੀ, ਡੀ ਸੀ ਹੋਣੀ ਡੀ ਸੀ ਗਰ ਬਲਜੀਤ ਕਿਹੜਾ ਗੋਪੀ ਗੋਲੀ ਗੈਂਗਸਟਰ, ਉਹ ਵੀ ਉਹਨਾਂ ਦੀ ਮਦਦ ਕਰਨ ਡਿਆ ਸੀ। ਹਾਂ ਉਹਨਾਂ ਦੀ ਪਾਰਟੀ ਉਹ ਐਨ ਡੀ ਪੀ ਐਸ ਦੇ ਕੱਟਰ ਸੀ, ਕੱਟਰ ਲੋਹੇ ਦੇ ਕੱਟਰ ਬਣਾਏ ਉਹਨਾਂ ਚਮਕੇ, ਸਾਡੇ ਦੋ ਬੰਦੇ ਫਟਰ ਹੋਏ, ਉਹ 10-12 ਜਾਣੇ ਸੀ ਅਤੇ ਬਾਕੀਆਂ ਦੇ ਉਹਨੂੰ ਨਾਮ ਨਹੀਂ ਪਤਾ, ਬਾਹਰ ਦੇ ਬੰਦੇ ਵੇਖ ਉਹਨਾਂ ਦੀ ਬਾਹਰ ਦੀਆਂ ਬੈਰ ਕਰਦੇ, ਪਹਿਲਾਂ ਪਲੈਨਿੰਗ ਸੀ। ਮੌਕੇ 'ਤੇ ਅਸੀਂ ਬਚਾਅ ਕੀਤਾ ਆਪਣਾ, ਕੱਟਰ ਉਹ ਮਾਰ ਲੱਗਾ ਅਤੇ ਅਸੀਂ ਹੱਥ ਉਹਦੇ ਡਾਹ 'ਤੇ, ਫਿਰ ਅਸੀਂ ਉਹਨਾਂ ਨੂੰ ਕੁੱਟਿਆ ਮਾਰਿਆ, ਬਸ ਦੋਵਾਂ ਪਾਸੇ ਲੜਾਈ ਝਗੜਾ ਹੋਇਆ, ਫਿਰ ਹਟਾ ਦਿੱਤਾ ਪ੍ਰਸ਼ਾਸਨ ਹੈ। ਗੱਲ ਮੈਂ ਤੁਹਾਨੂੰ ਦੱਸਿਆ ਜੀ, ਉਹ ਮਾੜਾ ਜਿਹਾ ਝਗੜਾ ਪਹਿਲੀ ਥੋੜ੍ਹੀ ਲਾਕਡਾਟੀ ਪਹਿਲੀ, ਯਾਨੀ ਕਿ ਇੱਕੋ ਬੈਰਕ ਦੇਖੋ ਜੀ, ਆ ਹੈਗੇ ਜੀ 5-7 ਜਣੇ, 10 ਜਣੇ ਹੈਗੇ ਜੀ, ਸਾਨੂੰ ਪਤਾ ਨਹੀਂ ਆਪਾਂ ਰੋਟੀ ਖਾਂਦੇ ਪਏ ਅਸੀਂ, ਤੁਹਾਨੂੰ ਪੈ ਗਏ ਆਣ ਕੇ ਸਿੱਧੇ, ਆਪਾਂ 2 ਜਣੇ ਬਾਕੀ ਅੰਦਰ ਹੀ ਸਾਡੇ, ਆ ਮੇਰੇ ਲੱਗੀਆਂ ਬਸ ਜ਼ਿਆਦਾ, ਬਾਕੀ ਉਹਦੇ ਠੀਕ ਆ ਕੱਟਣ ਨਾਲ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਸੋਮ ਲਾਲ ਨੇ ਦੱਸਿਆ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜੇਲ੍ਹ ਵਿੱਚ ਕੈਦੀਆਂ ਦੇ ਦੋ ਗੁੱਟ ਆਪਸ ਵਿੱਚ ਭਿੜੇ ਹਨ ਅਤੇ ਇਸ ਝਗੜੇ ਵਿੱਚ ਦੋ ਕੈਦੀ ਜ਼ਖਮੀ ਹੋਏ ਹਨ। ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੇਂਦਰੀ ਜੇਲ੍ਹ ਦੇ ਵਿੱਚ ਜਿਹੜੇ ਆਪਣੇ ਕੈਦੀ ਹਵਾਲਾਤ ਹੀ ਲੜੇ ਨੇ ਅਤੇ ਸਾਡੇ ਕੋਲ ਉਹਨਾਂ ਨੇ ਸੁਪਰਡੈਂਟ ਕੇਂਦਰੀ ਜੇਲ੍ਹ ਵੱਲੋਂ ਲੈਟਰ ਆਈ ਹੈ ਵੀ ਇਹ ਮਸਲਾ ਹੋਇਆ ਵਾ ਅਤੇ ਦੋ ਬੰਦੇ ਜਿਹੜੇ ਆ MLR ਕਟਾਉਣ ਵਾਸਤੇ ਸਿਵਲ ਹੋਸਪਿਟਲ ਬੱਬੜੀ ਭੇਜੇ ਗਏ ਆ ਅਤੇ ਕਾਰਵਾਈ ਕੀਤੀ ਜਾਏ। ਅਸੀਂ ਗੁਰਦਾਸਪੁਰ ਸਿਵਲ ਹਸਪਤਾਲ ਬੱਬਰੀ ਪੁੱਜੇ ਹਾਂ ਜੀ ਅਤੇ ਇਹਨਾਂ ਦੇ MLR ਜਾਰੀ ਹੋ ਗਈਆਂ ਨੇ ਅਤੇ ਡਾਕਟਰ ਸਾਹਿਬ ਨੇ ਇਹਨਾਂ ਦਾ ਇਲਾਜ ਕਰਤਾ, ਬਾਕੀ ਇਹਨਾਂ ਦੀ ਕਾਰਵਾਈ ਜਿਹੜੀ ਉਹਦੇ ਬਾਰੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਏਗੀ। ਇਹਦੇ ਬਾਰੇ ਬਾਅਦ 'ਚ ਤਫਤੀਸ਼ ਹੋਏਗੀ, ਬਿਆਨ ਲਿਖੇ ਜੀ, ਅਜੇ ਬਿਆਨ ਨਹੀਂ ਲਿਖਿਆ ਉਹਨਾਂ ਦਾ। ਦੋ ਆਦਮੀ ਜਿਹੜੇ ਇੱਥੇ ਸਿਵਲ ਹਸਪਤਾਲ 'ਚ ਆਏ ਨੇ ਜ਼ਖਮੀ ਹੋਏ, ਇਹਨਾਂ ਦਾ ਨਾਂ ਇੱਕ ਦਾ ਹੈਗਾ ਜੀ ਹਵਾਲਾਤੀ ਅਵਤਾਰ ਸਿੰਘ, ਸਨ ਆਫ ਸੇਵਾ ਸਿੰਘ, ਵਾਸੀ ਜੋਗੀ ਚੀਵਾਂ, ਥਾਣਾ ਕਾਨੂੰਨ ਮੁਕੱਦਮਾ ਨੰਬਰ 23 ਮਿਤੀ 28/6/2018 ਜੁਰਮ 395-398 IPC ਅਸਲਾ ਐਕਟ 25/54 ਅਤੇ ਦੂਸਰੇ ਦਾ ਹੈਗਾ ਜੀ ਤਾਜ ਆਪਣਾ ਸੰਨੀ ਮਸੀਹ ਪੁੱਤਰ ਤਾਜ ਮਸੀਹ, ਵਾਸੀ ਗੋਦਪੁਰ ਥਾਣਾ ਤਿੱਬੜ, ਮੁਕੱਦਮਾ ਨੰਬਰ 20 ਮਿਤੀ 4/6/1920 ਜੁਰਮ 302/148/149/216 ਬਲੀਕ 120B IPC 25/64 ਅਸਲਾ ਐਕਟ ਪੁਰਾਣਾ ਛਾਲਾ ਵੱਲੋਂ ਇਹਦੇ ਸੰਬੰਧ 'ਚ ਬਿਆਨ ਹਾਸਲ ਕਰਕੇ ਇਹਨਾਂ ਦੇ ਬਾਅਦ ਜੀ ਤੁਹਾਨੂੰ ਦੱਸ ਸਕਦੇ ਹਾਂ। ਅਸੀਂ ਤਾਂ ਫਿਲਹਾਲ ਤੁਹਾਨੂੰ ਦੱਸਿਆ ਸਿਵਲ ਹਸਪਤਾਲ ਜਾ ਐਡਮਿਟ ਆਏ ਨੇ, ਉਹ ਰੈਫਰ ਕਰਤੇ ਨੇ ਉਹਨਾਂ ਨੇ ਅਤੇ ਆਪਾਂ ਨੇ ਵੀ MLR ਹਾਸਲ ਕੀਤੀਆਂ ਨੇ। ਮੈਂ ਕਿਹਾ ਜੀ ਇਸ ਸੰਬੰਧ ਜੋ ਵੀ ਬਾਅਦ 'ਚ ਤਸਦੀਕ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਊ। ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ।